ਵੀ ਕਰ ਚੁੱਕੇ ਸਟੂਡੈਂਟ ਦੇ ਨਾਲ ਸਟੂਡੈਂਟ ਦੇ ਲਈ ਇੱਕ ਫਰਮਾਨ ਜਾਰੀ ਕੀਤਾ ਹੈ। ਕਨਵੋਕੇਸ਼ਨ ਦੇ ਰਾਹੀਂ ਦੁਬਾਰਾ ਡਿਗਰੀ ਕਰਨ ਦੇ ਲਈ ਮੋਟੀ ਫੀਸ ਦੇਣੀ ਹੋਏਗੀ। ਦੁਬਾਰਾ ਡਿਗਰੀ ਦੇ ਲਈ PhD ਸਟੂਡੈਂਟਸ ਨੂੰ ਦੱਸ ਦਈਏ ਕਿ 10,000 ਰੁਪਏ ਤੱਕ ਦੀ ਫੀਸ ਭਰਨੀ ਹੋਏਗੀ। ਕਨਵੋਕੇਸ਼ਨ ਦੇ ਵਿੱਚ ਦੁਬਾਰਾ ਡਿਗਰੀ ਦੇ ਲਈ 2500 ਰੁਪਏ ਤੋਂ ਲੈ ਕੇ 10,000 ਤੱਕ ਦੀ ਫੀਸ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ। ਤਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਡਿਗਰੀ ਲੈ ਚੁੱਕੇ ਸਟੂਡੈਂਟ ਨੂੰ ਡਿਗਰੀ ਜਮ੍ਹਾਂ ਕਰਾਉਣ ਦੇ ਲਈ ਤਾਰੀਖ ਦੇ ਦਿੱਤੀ ਗਈ ਹੈ ਔਰ ਜਮ੍ਹਾਂ ਕਰਾਉਣ ਦੇ ਲਈ ਜਾਰੀ ਕਰ ਦਿੱਤੀ ਗਈ ਹੈ ਤਰੀਕ। ਔਰ ਇਸ ਤੋਂ ਇਲਾਵਾ 20 ਜਨਵਰੀ ਤੱਕ ਦੱਸ ਦਈਏ ਕਿ ਡਿਗਰੀ ਜਮ੍ਹਾਂ ਕਰਾਉਣ ਤੇ 2500 ਰੁਪਏ ਫੀਸ ਜਿਹੜੀ ਹੈ ਉਹ ਦੇਣੀ ਪਵੇਗੀ ਔਰ 21 ਤੋਂ ਲੈ ਕੇ 25 ਜਨਵਰੀ ਤੱਕ ਡਿਗਰੀ ਜਮ੍ਹਾਂ ਕਰਵਾਉਣ ਤੇ 5,000 ਰੁਪਏ ਫੀਸ ਹੈ ਤਾਂ 26 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਡਿਗਰੀ ਜਮ੍ਹਾਂ ਕਰਾਉਣ ਤੇ 10,000 ਰੁਪਏ ਦੀ ਫੀਸ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ। 28 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੀ ਕਨਵੋਕੇਸ਼ਨ ਨੂੰ ਲੈ ਕੇ ਸਾਰਾ ਪਹਿਲਾਂ ਤੋਂ ਹੀ ਇਹ ਫੈਸਲਾ ਕੀਤਾ ਗਿਆ, ਐਲਾਨ ਕੀਤਾ ਗਿਆ ਹੈ। ਦਰਅਸਲ ਅਕਸਰ ਵੇਖਿਆ ਜਾਂਦਾ ਹੈ ਕਿ ਡਿਗਰੀ ਕਰਨ ਤੋਂ ਬਾਅਦ ਕਈ ਵਿਦਿਆਰਥੀਆਂ ਨੂੰ ਡਿਗਰੀ ਸਰਟੀਫਿਕੇਟ ਦੀ ਜਲਦੀ ਲੋੜ ਪੈ ਜਾਂਦੀ ਹੈ, ਜਿਸ ਕਾਰਨ ਕਈ ਸਟੂਡੈਂਟਸ ਕਨਵੋਕੇਸ਼ਨ ਯਾਨੀ ਕਿ ਡਿਗਰੀ ਵੰਡ ਸਮਾਰੋਹ ਤੋਂ ਪਹਿਲਾਂ ਹੀ ਡਿਗਰੀ ਲੈ ਜਾਂਦੇ ਨੇ। ਤੇ ਜੇਕਰ ਉਹ ਕਨਵੋਕੇਸ਼ਨ ਦੁਬਾਰਾ ਦੇ ਦੌਰਾਨ ਦੁਬਾਰਾ ਡਿਗਰੀ ਲੈਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਡਿਗਰੀ ਯੂਨੀਵਰਸਿਟੀ ਜਾਂ ਕਾਲਜ ਨੂੰ ਵਾਪਸ ਕਰਨੀ ਪੈਂਦੀ ਹੈ ਤਾਂ ਜੋ ਸਮਾਰੋਹ ਦੇ ਰਾਹੀਂ ਆਪਣੀ ਡਿਗਰੀ ਹਾਸਲ ਕਰ ਪਾਉਣ। ਤਾਂ ਉਸ ਨੂੰ ਲੈ ਕੇ ਸਾਰਾ ਕੁਝ ਇਹ ਤੈਅ ਕੀਤਾ ਗਿਆ ਹੈ ਔਰ ਬਕਾਇਦਾ ਚਿੱਠੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਜ਼ਰੀਏ ਇਹ ਫਰਮਾਨ ਜਾਰੀ ਕੀਤਾ ਗਿਆ ਹੈ। ਔਰ ਜਿਹੜਾ ਫਰਮਾਨ ਮੋਟੀਆਂ ਫੀਸਾਂ ਦਾ ਹੈ ਜਿਹੜਾ ਸੁਭਾਵਿਕ ਤੌਰ ਤੇ ਵਿਦਿਆਰਥੀਆਂ ਤੇ ਵਾਧੂ ਆਰਥਿਕ ਬੋਝ ਪਾਉਣ ਵਾਲਾ ਹੈ ਔਰ ਹੁਣ ਇਹ 2500 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀ ਫੀਸ ਜਮ੍ਹਾਂ ਕਰਨੀ ਹੋਏਗੀ ਤਾਂ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਕਨਵੋਕੇਸ਼ਨ ਤੇ ਡਿਗਰੀ ਜਿਹੜੀ ਹੈ ਉਹ ਮਿਲ ਸਕਦੀ ਹੈ। ਮਨੋਜ ਸ਼ਰਮਾ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ, ਮਨੋਜ ਜਾਣਨਾ ਚਾਹਾਂਗੇ ਪੁਰਾਣਾ ਰਿਕਾਰਡ ਕੀ ਰਿਹਾ ਹੈ ਔਰ ਇਸ ਵਾਰ ਜਿਹੜਾ ਇਹ ਫਰਮਾਨ ਜਾਰੀ ਹੋਇਆ ਹੈ ਤਾਂ ਇਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਕੀ ਆਬਜੈਕਸ਼ਨ ਕਰ ਰਹੇ ਨੇ ਸਟੂਡੈਂਟਸ? ਜੀ ਗੁਰਜੋਤ, ਮੈਂ ਦੱਸਦਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਵੀ ਕੋਈ ਡਿਗਰੀ ਵਿਤਰਨ ਕੀਤੀਆਂ ਜਾਂਦੀਆਂ ਨੇ ਤਾਂ ਸਮੂਹਿਕ ਰੂਪ ਦੇ ਵਿੱਚ ਕੀਤੀਆਂ ਜਾਂਦੀਆਂ ਨੇ, ਚਾਹੇ ਫਿਰ ਕੋਈ ਮੰਤਰੀ ਸਾਹਿਬ ਹੋਣ ਜਾਂ ਰਾਜਪਾਲ ਹੋਣ, ਗਵਰਨਰ ਜਾਂ ਵਾਈਸ ਚਾਂਸਲਰ। ਪਰ ਪਿਛਲੇ ਲੰਬੇ ਸਮੇਂ ਤੋਂ ਐਸਾ ਕੋਈ ਸਮਾਗਮ ਪੰਜਾਬੀ ਯੂਨੀਵਰਸਿਟੀ 'ਚ ਨਹੀਂ ਹੋਇਆ ਤੇ ਡਿਗਰੀਆਂ ਨੇ ਜਿਹੜੀਆਂ ਖਾਸ ਤੌਰ ਤੇ PhD ਦੀਆਂ ਡਿਗਰੀਆਂ ਉਹ ਡਿਗਰੀ ਹੋਲਡਰਾਂ ਨੂੰ ਵਿਤਰਨ ਕਰ ਦਿੱਤੀਆਂ ਗਈਆਂ ਸੀ ਇਸੇ ਤਰ੍ਹਾਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਆਪਣੀ ਕਨਵੋਕੇਸ਼ਨ ਕਰਾਉਣ ਜਾ ਰਹੀ ਹੈ ਉਹਦੇ ਵਿੱਚ ਵਿਦਿਆਰਥੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ ਜੇਕਰ ਉਹ ਡਿਗਰੀ ਜਿਹੜੀ ਤੁਸੀਂ ਪਹਿਲਾਂ ਹੀ ਕਈ ਸਾਲ ਪਹਿਲਾਂ ਲੈ ਚੁੱਕੇ ਹੋ ਜੇਕਰ ਦੁਬਾਰਾ ਲੈਣਾ ਚਾਹੁੰਦੇ ਹੋ ਤਾਂ ਯੂਨੀਵਰਸਿਟੀ ਆਓ, ਪਰ ਤੁਹਾਨੂੰ ਉਹਦੇ ਲਈ ਫੀਸ ਭਰਨੀ ਪਊਗੀ। ਤੇ ਗੁਰਜੋਤ, ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਲੇਟ ਫੀਸ ਭਰਦੇ ਹਾਂ ਕਿ ਇੰਨੀ ਤਰੀਕ ਤੱਕ ਇੰਨੇ ਪੈਸੇ, ਇੰਨੀ ਤਰੀਕ ਤੱਕ ਤੇ ਲਾਸਟ ਗੋਲਡਨ ਚਾਂਸ ਇੰਨੇ ਪੈਸਿਆਂ ਦਾ, ਉਸੇ ਤਰੀਕੇ ਨਾਲ ਪਹਿਲਾਂ 2500 ਰੁਪਈਆ ਸੀ, ਉਸ ਤੋਂ ਬਾਅਦ 5000 ਤੇ ਹੁਣ ਜੇ ਤੁਸੀਂ ਫਰਵਰੀ ਦੇ ਵਿੱਚ ਇਹ ਪਾਤਰਤਾ ਲੈਣਾ ਚਾਹੁੰਦੇ ਯਾਨੀ ਕਿ ਫੋਟੋ ਖਿਚਵਾਉਣ ਦਾ ਇੱਕ ਡਿਗਰੀ ਦੇ ਨਾਲ ਜਿਹੜਾ ਸੁਭਾਗ ਤੁਹਾਨੂੰ ਪ੍ਰਾਪਤ ਹੋਣਾ ਉਹ 10,000 ਰੁਪਇਆ ਤੁਸੀਂ ਦਿਓ ਤੇ 10,000 ਰੁਪਏ ਦਾ ਆਪਣੀ ਡਿਗਰੀ ਉਸ ਸੰਬੰਧਿਤ ਵਿਭਾਗ 'ਚ ਜਮ੍ਹਾਂ ਕਰਾਓ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਡਿਗਰੀ ਹੈਗੀ ਕਨਵੋਕੇਸ਼ਨ ਦੇ ਵਿੱਚ ਮਿਲੇਗੀ ਜੀ। ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਵੱਲੋਂ ਇਸ ਤਰ੍ਹਾਂ ਦਾ ਇੱਕ ਪ੍ਰੋਸੈਸ ਕੀਤਾ ਜਾ ਰਿਹਾ ਪੁਰਾਣੇ ਵਿਦਿਆਰਥੀਆਂ ਦੇ ਲਈ ਤੇ ਉਹਦੇ ਲਈ ਵੀ 10,000 ਰੁਪਏ ਤੱਕ ਦੀ ਜਿਹੜੀ ਸ਼ਰਤ ਹੈ ਉਹ ਵਿਦਿਆਰਥੀਆਂ ਤੇ ਲਾ ਦਿੱਤੀ ਗਈ ਹੈ ਜੀ। ਜੀ ਠੀਕ ਹੈ, ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ। ਤਾਂ ਫਿਲਹਾਲ ਇਹ ਚਿੱਠੀ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਰਥਿਕ ਵਾਧੂ ਬੋਝ ਜਿਹੜਾ ਹੈ ਉਹ ਸਟੂਡੈਂਟਸ ਤੇ ਪੈਣ ਵਾਲਾ ਹੈ ਔਰ ਸੁਭਾਵਿਕ ਤੌਰ ਤੇ ਪਰੇਸ਼ਾਨੀ ਤਾਂ ਹੋਏਗੀ ਵਿਦਿਆਰਥੀਆਂ ਨੂੰ ਕਿਉਂਕਿ ਜਿਹੜੀ ਪਹਿਲਾਂ ਤੋਂ ਹੀ ਡਿਗਰੀ ਪਹਿਲਾਂ ਹੀ ਫੀਸਾਂ ਭਰ ਕੇ ਲਈ ਜਾ ਚੁੱਕੀ ਹੈ, ਸਿਰਫ ਕਨਵੋਕੇਸ਼ਨ ਦੇ ਲਈ ਉਹਨਾਂ ਨੂੰ ਇੰਨੇ ਪੈਸੇ ਜਿਹੜੇ ਨੇ ਉਹ ਅਦਾ ਕਰਨੇ ਪੈਣਗੇ।